ਪਤਾ ਕੀ ਕਹਿੰਦੇ ਕਹਿੰਦੇ ਬੰਦ ਹੋ ਜਾਣੇ ਤਾਂ ਤੇਰਾ ਆ ਕਰ ਦਿਆਂਗੇ ਮਾਰਦੇ ਹੋ ਯਾਰ ਝਾੜੇ ਵਰਗੇ ਹੰਕਾਰੀਆਂ ਨੇ ਪਤਾ ਨਹੀਂ ਕਿੰਨੇ ਗਿਆਨੀ ਕਿੰਨੇ ਗਿਆਨੀ ਕਿੰਨੇ ਵਿਦਵਾਰ ਆਪਣੇ ਹੰਕਾਰ ਦੇ ਨਾਲ ਖਤਮ ਕਰ ਦਤੇ ਲੋਕਾਂ ਦੇ ਮੇਰੇ ਮਾਰਨ ਦੇ ਮੈਨੂੰ ਮਾਰਨ ਦੇ ਨਾਲ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੱਚ ਜਿਹੜਾ ਆਉਗਾ ਨਹੀਂ ਬਾਹਰ ਮੈਂ ਨਹੀਂ ਤੱਕ ਹੋਰ ਸਹੀ ਨਾਲੇ ਹੁਣ ਤਾਂ ਮੈਨੂੰ ਵੈਸੇ ਹੀ ਪ੍ਰਵਾਹ ਨਹੀਂ ਟਿਆਡੇ ਵਰਗਿਆ ਲੋਕਾਂ ਨੂੰ ਨੱਥ ਪਾਉਣ ਵਾਸਤੇ ਇੰਨਾ ਕੰਮ ਕਰ ਦਤਾਂ ਨਾ ਮੈਂ ਟਿਆਡੀ ਐਟਨਾ ਟਖੜਾ ਲਿਆ ਰਾਤੋਂ ਰਾਤ ਇੱਕ ਦਿਨ ਚ ਇੱਕ ਦਿਨ ਤੇ ਇੱਕ ਰਾਤ 24 ਘੰਟੇ 24 ਘੰਟੇ ਆ ਜਿਹੜਾ ਨਾ ਦਿਮਾਗ ਆ ਮਾਇਨ ਜਿਹੜਾ ਆ ਇਹਦੇ ਦੋ ਹਿੱਸੇ ਆਂਦਰ ਜਿਹੜੇ ਸਾਡੇ ਨਾ ਦੂਜੇ ਆ ਸਰਬੋ ਅੰਦਰ ਇੱਥੇ ਦਿਮਾਗ ਜਿਹਨੂੰ ਕਹਿੰਦੇ ਆਪਾਂ ਕਿਸ ਤਰ੍ਹਾਂ ਬੇਸ਼ਰਮ ਤੇ ਇਤਿਹਾਸ ਪੇਸ਼ ਕਰ ਰਹੇ ਆ ਆ ਜਿੱਦਾਂ ਅਮਰਪਾਲ ਛੱਡ ਕੇ ਨਿਕਲ ਗਿਆ ਸੀ ਤੁਸੀਂ ਇਦਾਂ ਦੇ ਸਮਝਦੇ ਸਾਰਿਆਂ ਨੂੰ ਸਾਡੇ ਬੱਚਿਆਂ ਨੂੰ ਜੇਲਾਂ ਦੀ ਪੱਤੀ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਠੱਕੇ ਖਾਣੇ ਪਾਣੇ ਹੁਣ ਸੰਗ ਕਰ ਰੋਗ ਹੀ ਸੰਗ ਪਤਾ ਕੀ ਕਹਿੰਦੇ ਕਹਿੰਦੇ ਬੰਦ ਹੋ ਜਾਣੇ ਤਾਂ ਤੇਰਾ ਆ ਕਰਦੇ ਆਂਗੇ ਮਾਰ ਦਿਓ ਯਾਰ ਝਾੜੇ ਵਰਗੇ ਹੰਕਾਰੀਆਂ ਨੇ ਪਤਾ ਨਹੀਂ ਕਿੰਨੇ ਗਿਆਨੀ ਕਿੰਨੇ ਗਿਆਨੀ ਕਿੰਨੇ ਵਿਦਵਾਨ ਆਪਣੇ ਹੰਕਾਰ ਦੇ ਨਾਲ ਖਤਮ ਕਰ ਦਿੱਤੇ ਲੋਕਾਂ ਨੂੰ ਇੱਕ ਤਾਂ ਪਹਿਲਾਂ ਗਰੀਬ ਸੀ ਤਾਂ ਮਾਰਿਆ ਗਿਆ ਦੂਜਾ ਉਹਦੇ ਕੋਲ ਗਿਆਨ ਜ਼ਿਆਦਾ ਸੀ ਤਾਂ ਮਾਰਿਆ ਗਏ ਮੇਰੇ ਮਾਰਨ ਦੇ ਮੈਨੂੰ ਮਾਰਨ ਦੇ ਨਾਲ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੱਚ ਜਿਹੜਾ ਆਉਗਾ ਨਹੀਂ ਬਾਹਰ ਮੈਂ ਨਹੀਂ ਤੱਕ ਹੋਰ ਸਹੀ ਨਾਲੇ ਹੋਰ ਤਾਂ ਮੈਨੂੰ ਵੈਸੇ ਹੀ ਪਰਵਾਹ ਨਹੀਂ ਧਿਆਡੇ ਵਰਗਿਆ ਲੋਕਾਂ ਨੂੰ ਨੱਕ ਪਾਉਣ ਵਾਸਤੇ ਇੰਨਾ ਕੰਮ ਕਰ ਦਿੱਤਾ ਨਾ ਮੈਂ ਧਿਆਡੀ ਐਟਨਾ ਟਿਕਰ ਗਾ ਲਿਆ ਰਾਤੋਂ ਰਾਤ ਇੱਕ ਦਿਨ ਚ ਇੱਕ ਦਿਨ ਤੇ ਇੱਕ ਰਾਤ 24 ਘੰਟੇ 24 ਘੰਟੇ ਆ ਜਿਹੜਾ ਨਾ ਦਿਮਾਗ ਆ ਮਾਈਂਡ ਜਿਹੜਾ ਆ ਇਹਦੇ ਦੋ ਹਿੱਸੇ ਆ ਅੰਦਰ ਜਿਹੜੇ ਜਿਹੜੇ ਸਾਡੇ ਨਾ ਦੂਜੇ ਆ ਸਰਬੂ ਅੰਦਰ ਇੱਥੇ ਦਿਮਾਗ ਜਿਹਨੂੰ ਕਹਿੰਦੇ ਆਪਾਂ ਦੋ ਆ 12 ਇਧਰ ਤੇ 12 ਇਧਰ ਸਮਝ ਲੱਗੀ ਆ ਜਾਂ ਮੈਂ ਯਾਰ ਤੇ ਤਰੇ ਦੀ ਫੋਨ ਕਰ ਲਾ ਪੈਂਦੇ ਅਸੀਂ ਇੱਦਾਂ ਉਹ ਤੁਸੀਂ ਭਰਾਵਾ ਸੁਣੋ ਧਿਆਦੇ ਨਾਲ ਜਿੱਦਾਂ ਤੁਹਾਡਾ ਦਿਨ ਕਰਦਾ ਨਾ ਕਰ ਲਓ ਮਾਰਨਾ ਚਾਹੁੰਦੇ ਮੈਨੂੰ ਮਾਰ ਦਿਓ ਸ਼ਰਮ ਕਰੋ ਕੋਈ ਸ਼ਰਮ ਆਪਣੇ ਸੱਚ ਕਹਿਣਾ ਝੂਠ ਨੂੰ ਜਬਾਉਣ ਵਾਸਤੇ ਕਹਿਣਾ ਝੂਠ ਨੂੰ ਸਪਾਉਣ ਵਾਸਤੇ ਆਪਣੇ ਦੂਜੇ ਬਦਨ ਖਤਮ ਕਰਦੇ ਯਾਰ ਸਾਤਰੀਆਂ ਹੋਂਦਣਾ ਤੇ ਸੌਣ ਲਾ ਦੇ ਆ ਦੇ ਨਾਲ ਜਿਹੜੀ ਬੰਦਾ ਸਿੰਘ ਬਹਾਦਰ ਵਾਲੀ ਮੈਂ ਵੀਡੀਓ ਪਾਈ ਆ ਮੈਂ ਸਿਰਫ ਸਵਾਲ ਪੁੱਛੇ ਆ ਜੇ ਤੁਹਾਡੇ ਕੋਲ ਦਲੀਲ ਹੈਗੀ ਜਵਾਬ ਦਿਓ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਤਿਹਾਸ ਦੇਖਣਾ ਮੈਂ ਦਸ਼ਮੇਸ਼ ਪਤਾ ਜੀ ਦਾ ਟਹਾਡੇ ਵਰਗੇ ਲੋਕਾਂ ਨੇ ਲਿਖਿਆ ਝੂਠੀਆਂ ਕਹਾਣੀਆਂ ਤੋਂ ਨਹੀਂ ਦੇਖਣਾ ਸੀ ਸ਼ਰਮ ਨਹੀਂ ਆਉਂਦੀ ਯਾਨਾ ਬੁਸ਼ਰਮਾ ਨੂੰ ਤੇ ਤਰੇ ਦੀ ਪੈਸੇ ਦੇ ਚੱਕਰ ਤੇ ਮਾਇਆ ਦੇ ਚੱਕਰ ਤੇ ਜੜ ਕੇ ਆਪਣੀ ਔਕਾਤ ਨਹੀਂ ਪਹੁੰਚ ਗਏ ਤੁਸੀਂ ਵੀਡੀਓ ਪਾਈ ਸੀ ਗੱਲ ਜਿਹਦੇ ਵਿੱਚ ਕੱਲ ਪਾਈ ਆ ਪਰਸੋਂ ਪਰਸੋਂ ਬੰਦਾ ਸਿੰਘ ਬਹਾਦਰ ਦੀ ਬੰਦਾ ਸਿੰਘ ਬਹਾਦਰ ਦੀ ਮੈਂ ਵੀਡੀਓ ਪਾਈ ਉਹਦੇ ਵਿੱਚ ਕੀ ਕਹਿ ਰਿਹਾ ਕਿ ਬੰਦਾ ਸਿੰਘ ਬਹਾਦਰ ਨੂੰ ਉਹ ਭਾਈ ਸਾਹਿਬ ਕਹਿ ਰਹੇ ਨੇ ਜਿਨ੍ਹਾਂ ਨੇ ਕਥਾਪਾਂ ਲਿਖੀਆਂ ਹੋਈਆਂ ਉਹ ਕਹਿੰਦੇ ਬੰਦਾ ਸਿੰਘ ਬਹਾਦਰ ਜੀ ਝਕਾਨੀ ਨਾਲ ਵਿੱਚੋਂ ਨਿਕਲ ਜਾਂਦੇ ਸੀ ਧਿਆਨ ਕਰਿਓ ਇਹਨਾਂ ਲੋਕਾਂ ਨੇ ਕੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਦੋਸ਼ ਲਾਉਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਛੱਡ ਕੇ ਨਿਕਲ ਗਏ ਸੀ ਯਾਦ ਰੱਖਿਓ ਮੇਰੇ ਦਸ਼ਮੇਸ਼ ਵੀ ਤੁਹਾਨੂੰ ਪਤਾ ਸੀ ਦੇਸ਼ਮੇਸ਼ ਪਿਤਾ ਜੀ ਨੂੰ ਪਤਾ ਸੀ ਕਿ ਇਹਨਾਂ ਲੋਕਾਂ ਨੇ ਮੇਰੇ ਤੇ ਦੋਸ਼ ਲਾਉਣਾ ਹੈ ਪਰ ਖoya ਕੀ ਦਸ਼ਮੇਸ਼ ਪਿਤਾ ਨੇ ਉਦੋਂ ਪਹਿਲਾਂ ਹੀ ਪੰਜ ਪਿਆਰੇ ਸਾਥਕੇ ਪੰਜਾਂ ਪਿਆਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਕਰ ਲਿਆ ਸੀ ਜੋ ਪੰਜ ਪਿਆਰੇ ਹੁਕਮ ਕਰਦੇ ਸੀ ਗੁਰੂ ਗਵੈਸਾ ਜੀ ਨੇ ਉਹ ਕੀਤਾ ਪਰ ਇਹਨਾਂ ਲੋਕਾਂ ਨੇ ਗੁਰੂ ਗਵੈਸਾ ਜੀ ਦੀ ਦੋਸ਼ ਲਾਉਣਾ ਹੈ ਵਿੱਚ ਘarni ਦੇ ਕੇ ਨਿਕਲ ਗਿਆ ਸੀ ਇੱਦਾਂ ਹੀ ਬੰਦਾ ਸਿੰਘ ਬਹਾਦਰ ਦੇ ਦੋਸ਼ ਲਾ ਕੇ ਬਾਦ ਗੁਰਗੁਰੂ ਗਵੰਸਾ ਦੇ ਤੋਂ ਹੋਣਾ ਇਹਨਾਂ ਨੂੰ ਗੁਰਗੁਰੂ ਗਵੰਸਾ ਦੇ ਵਾਲੇ ਹੋਣਾ ਐਦਾਂ ਤੇ ਕੀ ਕਹਿ ਰਿਹਾ ਕਹਿੰਦਾ ਬੰਦਾ ਸਿੰਘ ਬਹਾਦਰ ਜੀ ਝਕਾਨੀ ਦੇ ਕੇ ਨਿਕਲ ਜਾਂਦੇ ਸੀ ਉਹ ਸ਼ਿਭਾ ਸ਼ਰਮੋ ਸ਼ਰਮ ਸ਼ਰਮ ਕਰੋ ਲਾਗੇ ਨੰਗੀ ਤਾਂ ਬੰਦਾ ਸਿੰਘ ਬਹਾਦਰ ਜੀ ਝਕਾਨੀ ਦੇ ਕੇ ਨਹੀਂ ਨਿਕਲਦੇ ਸੀ ਆਪਣੇ ਲੋਕਾਂ ਨੂੰ ਛੱਡ ਕੇ ਨਹੀਂ ਜਾਂਦੇ ਸੀ ਆਪਣੇ ਲੋਕਾਂ ਦੇ ਨਾਲ ਲੜਾਈ ਲੋਕਾਂ ਨੂੰ ਲੈ ਕੇ ਨਾਲ ਲੜਾਈ ਲੜ ਕੇ ਜਿੱਤ ਪ੍ਰਾਪਤ ਕਰਕੇ ਝੰਡਾ ਗੱਡ ਕੇ ਜਾਂਦੇ ਸੀ ਇਹ ਕੋ ਪੰਜਾਬ ਦੇ ਵਿੱਚ ਇਦਾਂ ਦਾ ਹੋਵੇ ਤੇ ਰਾਜਕੋਲ ਨੀਚ ਛੂਦਰ ਵੀਡੀਓ ਦੇ ਥਲੇ ਕਮੈਂਟ ਕਰਕੇ ਦੱਸ ਸਕਦੇ ਆ ਰਾਜਕੋਲ ਜੀ ਸਾਡੇ ਕੋ ਸੱਚਾ ਸੌਦਾ ਹੈਗਾ ਆ ਜੇ ਕਿਸੇ ਕੋ ਹੋਵੇ ਪੰਜਾਬ ਦੇ ਵਿੱਚ ਤੇ ਰਾਜਕੋਲ ਨੀਚ ਛੂਦਰ ਬਾਣੀ ਦੀ ਕਸਵੱਟੀ ਦੇ ਨਾਲ ਉਹਨਾਂ ਬਰਾਮਿਆ ਬ੍ਰਹਮ ਗਿਆਨੀਆਂ ਨੂੰ ਰਾਗੀਆਂ ਨੂੰ ਢਾਡੀਆਂ ਨੂੰ ਪਾਠੀਆਂ ਨੂੰ ਜਰੂਰ ਸਵਾਲ ਕਰੂਗਾ ਜਿਹੜੇ ਗੁਰੂ ਨਾਨਕ ਨੇ ਕੀਤੇ ਹੋਏ ਆ ਜਿਹੜੇ ਰਾਬਾਦਾਸ ਨੇ ਕੀਤੇ ਹੋਏ ਆ ਕਹਿਰ ਅਬਦਾਸ ਸੁਣੋ ਰੇ ਸੰਤੋ ਹਰ ਜਿਓ ਤੇ ਸਬੇ ਸਬੇ ਅਰਬਦਾਸ ਕਹਿੰਦਾ ਕਹਿਰ ਅਬਦਾਸ ਸੁਣੋ ਰੇ ਸੰਤੋ ਉਹ ਸੰਤੋ ਅਰਬਦਾਸ ਤੁਹਾਨੂੰ ਕਹਿੰਦਾ ਸੰਤੋ ਸੁਣੋ ਹਰ ਜਿਓ ਤੇ ਸਬੇ ਸਾਰਿਆਂ ਨੂੰ ਬੋਕਲ ਚ ਲੈ ਲਓ ਸਾਨਿਆਂ ਨੂੰ ਬੁੱਕੜ ਚ ਲੈ ਕੇ ਸਤ ਸੰਗਤ ਮਿਲ ਰਹੀਏ ਮਾਤੋ ਜੈਸੇ ਮੱਤਪਾ ਮਖੀਰਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰ ਆ ਰਾਮ ਇਹ ਜਿਹੜਾ ਸੱਚਾ ਆ ਰਾਮ ਆ ਜਿਹਦੇ ਕੋਲ ਸੱਚਾ ਸੌਦਾ ਆ ਉਹਦੇ ਅੰਦਰ ਚੱਲਦਾ ਕੀ ਆ ਫਿਰ ਜੇ ਇਹਨਾਂ ਕੋ ਸੱਚਾ ਸੌਦਾ ਹੁੰਦਾ ਤੇ ਪੰਜਾਬ ਦੇ ਵਿੱਚ ਅੱਜ ਲੋਕ ਸੱਚੇ ਨਾ ਹੁੰਦੇ ਪੰਜਾਬ ਦੇ ਵਿੱਚ ਅੱਜ ਲੋਕ ਪਰਵਰਤੀ ਨੂੰ ਸਮਝ ਨਾ ਜਾਂਦੇ ਪੰਜਾਬ ਦੇ ਵਿੱਚ ਲੋਕ ਕੁਦਰਤ ਨੂੰ ਸਮਝ ਨਾ ਜਾਂਦੇ ਜੇ ਇਹਨਾਂ ਦੇ ਕੋਲ ਸੱਚਾ ਸੌਦਾ ਹੁੰਦਾ ਇਹਨਾਂ ਦੇ ਕੋਲ ਸੱਚਾ ਸੌਦਾ ਨਹੀਂ ਇਹਨਾਂ ਦੇ ਕੋਲ ਕਿਹੜਾ ਸੌਦਾ ਆ ਧਨ ਇਕੱਠਾ ਕਰਨ ਦਾ ਧਨ ਇਕੱਠਾ ਕਰਨ ਦਾ ਪੈਸਾ ਇਕੱਠਾ ਕਰਨ ਦਾ ਮਾਇਆ ਇਕੱਠੀ ਕਰਨ ਦਾ ਸੌਦਾ ਇਹਨਾਂ ਕੋਲ ਜਿਹੜਾ ਜਿੰਨਾ ਮਰਜ਼ੀ ਖਰੀਦ ਲੈ ਬਾਬਿਆਂ ਕੋਲ ਬ੍ਰਹਮ ਗਿਆਨੀਆਂ ਕੋਲੋਂ ਜਥੇਦਾਰਾਂ ਕੋਲੋਂ ਰਾਗੀਆਂ ਕੋਲੋਂ ਟਾੜੀਆਂ ਕੋਲੋਂ ਇਹਨਾਂ ਕੋ ਸੱਚਾ ਸੌਦਾ ਲੋਕਾਂ ਦੀ ਅਣਖ ਜਗਾਉਣ ਵਾਸਤੇ ਐਨੇ ਹੀ ਖਤਮ ਹੋ ਗਿਆ ਇੱਕੋ ਹੀ ਕੰਮ ਹੋਣਾ ਜਾਂ ਤਾਂ ਤੁਹਾਡੇ ਕੋ ਸੱਚਾ ਸੌਦਾ ਜੋ ਤੁਸੀਂ ਅੰਦਰੋਂ ਸੱਚੇ ਆ ਬਾਹਰ ਸੱਚ ਪ੍ਰਗਟ ਕਰੋਗੇ ਤਾਂ ਲੋਕੀ ਸਾਰਾ ਸਮਝਣਗੇ ਜੇ ਤੁਹਾਡੀ ਗੱਲ ਦੇ ਨਾਲ ਲੋਕੀ ਪਿੰਡਾਂ 'ਚ 10-10 ਗੁਰੂ ਘਰ ਖੋਲ੍ਹ ਲਿਆ ਪਿੰਡਾਂ ਦੇ ਵਿੱਚ ਪੰਜ-ਪੰਜ ਜਾਤਾਂ ਦੇ ਨਾਮ ਤੇ ਗੁਰੂ ਘਰ ਖੁੱਲ ਗਏ ਆ ਰਾਗਿਓ ਟਾੜਿਓ ਪਾਠਿਓ ਜਥੇਦਾਰੋ ਬਾਬੂ ਰਮ ਗਿਆਨੀਆਂ ਤੁਸੀਂ ਮਾਇਆ ਧਾਰੀਓ ਮੈਂ ਨਹੀਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਮਾਇਆ ਦੇ ਪ੍ਰਭਾਵ ਦੇ ਵਿੱਚ ਤੁਸੀਂ ਜੀ ਰਹੇ ਹੋ ਸੱਚਾ ਸੌਦਾ ਹਰ ਨਾਮ ਹੈ ਸੱਚਾ ਸੌਦਾ ਹਰ ਨਾਮ ਹੈ ਤੁਸੀਂ ਕਿਸ ਕਾਲਿਆ ਪੰਜਾਬ ਨੂੰ ਜੀ ਦਸਾ ਪਾਛਾਈਆਂ ਦੀ ਜੋਤ ਜਪੋ ਜੀ ਵਾਹਿਗੁਰੂ 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 ਅਰਦਾਸ ਕਰਨ ਵਾਲਿਓ 10 ਪਾਸ਼ਾਆਂ ਦੀ ਬਾਣੀ ਵਿੱਚ ਉਹਦੀ ਝੂਠੇ ਹੈ ਕਿ ਨਹੀਂ ਹੈ ਸੱਚਾ ਸੌਦਾ ਕਿੱਥੋਂ ਆ ਗਿਆ ਕਿਉਂਕਿ ਅੰਦਰ ਕਪਟ ਚੱਲਦਾ ਪਿਆ ਤੁਹਾਡੇ ਮੈਂ ਨਹੀਂ ਕਹਿ ਰਿਹਾ ਜੋ ਤੁਸੀਂ ਕਰ ਰਹੇ ਹੋ ਦੱਸ ਰਿਹਾ ਤੈਨੂੰ ਮੈਂ ਸੱਚਾ ਸੌਦਾ ਹਰਨਾਮ ਹੈ ਜਿਹੜਾ ਸੌਦਾ ਪਹਿਲੀ ਪਾਸ਼ਾ ਨੇ ਕੀਤਾ ਤੀਜੇ ਪਾਸ਼ਾ ਜੀ ਲਿਖ ਰਿਹਾ ਹੈ ਉਹਦੇ ਬਾਰੇ ਕਿ ਸੱਚਾ ਸੌਦਾ ਸੱਚਾ ਸੌਦਾ ਹਰ ਹਰ ਸੱਚਾ ਸੌਦਾ ਹਰ ਨਾਮ ਹੈ ਗੁਰੂ ਨਾਨਕ ਸਾਹਿਬ ਨੂੰ ਹਰ ਦਾ ਨਾਮ ਦਿੱਤਾ ਹਰ 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 ਹਰੇ ਹਰ ਸਿਮਰਤ ਮੰਨ ਗਏ ਨਿਸਤਰ ਤਰੇ ਹਰ ਕੈ ਨਾਮ ਕਬੀਰ ਉਜਾਗਰ ਜਨਮ ਜਨਮ ਕੈ ਕਾਟੇ ਕਾਗਰ ਨਿਮਤ ਨਾਮ ਦੇ ਦੁੱਧ ਪਿਆ ਆ ਤੋ ਜਨਮ ਜਨ ਸੰਕਟ ਨਹੀਂ ਆਇਆ ਜਨ ਰਵਿਦਾਸ ਰਾਮ ਰੰਗ ਰਾਤਾ ਇਹੋਂ ਗੁਰਪ੍ਰਸਾਦ ਨਰਕ ਨਹੀਂ ਜਾਂਦਾ ਜੇ ਤੁਹਾਡੇ ਚ ਹਿੰਮਤ ਹੁੰਦੀ ਤੇ ਸਾਡੇ ਬੱਚੇ ਅੱਜ ਸਾਡੇ ਬੱਚਿਆਂ ਦੇ ਗੁਰੂ ਦੀ ਕਿਰਪਾ ਹੁੰਦੀ ਗੁਰੂ ਦਾ ਪ੍ਰਕਾਸ਼ ਹੁੰਦਾ ਇੱਥੇ ਤਾਂ ਸਾਡੇ ਬੱਚੇ ਜਣੇ ਦੇ ਖਾਣੇ ਦੇ ਮਗਰ ਲੱਗ ਕੇ ਅੱਜ ਸਾਡੇ ਬੱਚਿਆਂ ਨੂੰ ਜੇਲਾਂ ਦੇ ਵਿੱਚ ਤੱਕੇ ਨਾ ਖਾਣੇ ਪੈਂਦੇ ਕਿਉਕਿ ਤੁਸੀਂ ਵਾਹਿਗੁਰੂ ਦਾ ਨਾਮ ਦੱਸਿਆ ਸਾਰਿਆਂ ਨੂੰ ਵਾਹਿਗੁਰੂ 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 ਨਹੀਂ ਮੈਂ ਨਹੀਂ ਕਹਿ ਰਿਹਾ ਜੋ ਤੁਸੀਂ ਕੀਤਾ ਉਹ ਦੱਸ ਰਿਹਾ ਜੇ ਤੁਹਾਨੂੰ ਫਰਕ ਲੱਗੇ ਕਿਤੇ ਵੀ ਮੈਂ ਗਲਤ ਕਹਿ ਰਿਹਾ ਪੂਰਾ ਮੀਡੀਆ ਪੂਰੇ ਚੈਨਲ ਫ੍ਰੀ ਪਏ ਆ ਕੋਈ ਕੰਮ ਨਹੀਂ ਕਰਦੇ ਹੁਣੇ ਹੁਣਾਂ ਨੂੰ ਕੋਈ ਖਬਰ ਨਹੀਂ ਲੱਭਦੀ ਪੂਰੇ ਚੈਨਲ ਫ੍ਰੀ ਪਏ ਆ ਵਿਚਾਰ ਨਹੀਂ ਕਰ ਸਕਦੇ ਤੁਸੀਂ ਜੇ ਤੁਹਾਨੂੰ ਲੱਗਦਾ ਮੈਂ ਫ੍ਰੀ ਕਹਿ ਰਿਹਾ ਗਲਤ ਕਹਿ ਰਿਹਾ ਮੈਂ ਨੰਬਰ ਮੇਰਾ نوٹ ਕਰ ਲਓ 003366810824 ਆ ਕੱਲ ਸੱਚਾ ਸੌਦਾ ਹਰ ਨਾਮ ਹੈ ਧਿਆਨ ਰੱਖਿਓ ਕੱਲ ਦੀ ਮੈਂ ਇੱਕ ਮਾੜੀ ਦੀ ਗੱਲ ਕਰ ਜਮਾ ਇੱਕ ਵੈ ਜੈਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪ ਈਮ ਜਪ ਭਾਰਤ ਨਵੇਂ ਗੁਦਾ ਅਸਲਾਮੁਅਲਿਕ ਰੱਬਾ ਮਸ਼ਾਹਬਾਲ ਮਿੱਕੀ ਹਰ ਹਰ ਵਾਰ ਮਿੱਕੀ ਸੋਸੰਗਤ ਦਿਓ ਗੁਰੂ ਸਾਹਿਬ ਕਹਿ ਰਿਹਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰਾ ਰਾਮ ਧਿਆਨ ਕਰਿਓ ਜੀ ਸੱਚਾ ਸੌਦਾ ਹਰ ਨਾਮ ਹੈ ਸੱਚਾ ਸੱਚ ਵਪਾਰਾ ਰਾਮ ਧਿਆ ਰਖਿਓ ਹੁਣ ਇੱਥੇ ਤੁਸੀਂ ਸਾਰਿਆਂ ਨੇ ਸੋਚਣਾ ਕਿ ਪੰਜਾਬ ਦੇ ਜਿੰਨੇ ਵੀ ਲੋਗ ਸਤ ਸੰਗਤ ਜੀ ਤੁਮ ਕੋ ਸੋ ਬੇ ਪਰ ਹਾਂ ਸੇਧ ਮੇਰੇ ਠੀਕ ਨਹੀਂ ਸਤ ਸੰਗਤ ਜੀ ਜਿੰਨੇ ਵੀ ਪੰਜਾਬ ਦੇ ਵਿੱਚ ਸਾਡੇ ਬ੍ਰਹਮ ਗਿਆਨੀ ਆ ਜਿੰਨੇ ਵੀ ਪੰਜਾਬ ਦੇ ਸਾਡੇ ਬ੍ਰਹਮ ਗਿਆਨੀ ਆ ਇਹਨਾਂ ਦੇ ਵਿੱਚ ਕਿਹੜਾ ਬੰਦਾ ਐਸਾ ਆ ਜਿਹੜਾ ਸੱਚਾ ਸੌਦਾ ਜਿਹਦੇ ਅੰਦਰ ਸੱਚ ਚੱਲਦਾ ਹੋਵੇ ਕਿਹੜਾ ਐਸਾ ਇਹਨਾਂ ਦੇ ਅੰਦਰ ਬਾਬਾ ਜਾਂ ਕੋਈ ਜਥੇਦਾਰ ਜਾਂ ਕੋਈ ਰਾਗੀ ਜਾਂ ਕੋਈ ਢਾਡੀ ਜਾਂ ਕੋਈ ਪਾਠੀ ਇਹਨਾਂ ਦੇ ਅੰਦਰ ਕਿਹੜਾ ਐਸਾ ਮਨੁੱਖ ਹੈ ਜਿਹਦੇ ਅੰਦਰ ਸੱਚ ਚੱਲਦਾ ਹੋਵੇ ਰਾਗੀਆਂ ਦੇ ਅੰਦਰ ਰਾਗੀਆਂ ਨੇ ਤਾਲਾ ਖਿੱਚਿਆ ਹੋਇਆ ਆ ਪੈਸੇ ਇਕੱਠੇ ਕਰਨ ਵਾਸਤੇ ਧਿਆਨ ਕਰਿਓ ਗੁਰੂ ਤੀਜੇ ਪਾਸ਼ਾ ਗੁਰੂ ਕੀ ਕਹਿੰਦੇ ਆ ਜੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਤੀਜੇ ਪਾਸ਼ਾ ਬਾਣਸ ਦੇ ਵਿੱਚ ਕਹਿੰਦੇ ਨੇ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰਾ ਰਾਮ ਇਹ ਪੰਜਾਬ ਦੇ ਵਿੱਚ ਸਾਡੇ ਗਿਆਨੀਆਂ ਰਾਗੀਆਂ ਢਾਡੀਆਂ ਪਾਠੀਆਂ ਕੋਲ ਬ੍ਰਹਮ ਗਿਆਨੀਆਂ ਕੋਲ ਕਿਹਦੇ ਕੋਲ ਸੱਚਾ ਸੌਦਾ ਆ ਜੀ ਕੋਈ ਹੈ ਐਸਾ ਜੇ ਕਿਸੇ ਕੋ ਹੋਵੇ ਤੇ ਰਾਜਕੋਲ ਛੂਦਰ ਰੋਜ ਬੋਲਦਾ ਬਾਣੀ ਲਿਖਣ ਦੀ ਲੋੜ ਕਿਉਂ ਪਈ ਰਾਜਕੋਲ ਨੀਚ ਛੂਦਰ ਰੋਜ ਬੋਲਦਾ ਕਮੈਂਟ ਕਰਦੇ ਜੀ ਸਾਡੇ ਕੋ ਹੈਗਾ ਆ ਫਿਰ ਰਾਜਕੋਲ ਨੀਚ ਛੂਦਰ ਬਾਣੀ ਦੀ ਕਸਮੱਟੀ ਨਾਲ ਉਹਨਾਂ ਬ੍ਰਹਮ ਗਿਆਨੀਆਂ ਨੂੰ ਉਨਾ ਰਾਗੀਆਂ ਨੂੰ ਉਹਨਾਂ ਢਾਡੀਆਂ ਨੂੰ ਜ਼ਰੂਰ ਸਵਾਲ ਪੁੱਛੂਗਾ ਜਿਹੜੇ ਗੁਰੂ ਰਾਨਕ ਨੇ ਕੀਤੇ ਹੋਏ ਆ ਜਿਹੜੇ ਸਵਾਲ ਕਬੀਰ ਸਾਹਿਬ ਨੇ ਕੀਤੇ ਹੋਏ ਆ ਜਿਹੜੇ ਸਵਾਲ ਸਦਨਾ ਜੀ ਨੇ ਕੀਤੇ ਹੋਏ ਜਿਹੜੇ ਸਵਾਲ ਰਾਮਾਨੰਦ ਬ੍ਰਾਹਮਣ ਨੇ ਕੀਤੇ ਹੋਏ ਆ ਰਾਜਕੋਲ ਨੀਚ ਸ਼ੂਦਰ ਉਹਨਾਂ ਨੂੰ ਸਵਾਲ ਜ਼ਰੂਰ ਪੁੱਛੂਗਾ ਜਿਨ੍ਹਾਂ ਦੇ ਕੋਲ ਕੀ ਆ ਸੱਚਾ ਸੌਦਾ ਹਰ ਨਾਮ ਹੈ ਸਾਚਾ ਵਪਾਰ ਆ ਰਾਮ